भी 25 साल हो गए रे। मैं बख्शीश सिंह, श्री राम एग्रीटेक इंडिया कंपनी करनाल। मैं इस टाइम पिंड दबुरजी नेड़े शुगर मिल तहसील बटाला जिला गुरदासपुर खड़ा वा। मेरे नाल किसान वीर सरदार गुरप्रताप सिंह जी खड़े ने, जिन्होंने कि इस वारी श्री राम कंपनी की कणक 411 नंबर बीजी हुई है। आप इन्हों का पुछते हैं इस कणक के संबंध। सत श्री अकाल जी। सत श्री अकाल जी। तुम ये जी कणक बीजी आ 411 नंबर, ਇਹਦੇ ਬਾਰੇ ਤੁਹਾਨੂੰ ਕਿੱਥੋਂ ਪਤਾ ਲੱਗਾ ਜਾਂ ਕਿਹਦੇ ਕਹਿੰਦੇ ਵਿੱਚੀ? ਇਹ ਮੈਂ ਬਟਾਲੇ ਜੀ ਜ਼ਿਮੀਦਾਰ ਸਟੋਰ ਆ ਬੱਸ ਸਟੈਂਡ ਦੇ ਲਾਗੇ। ਅੱਛਾ ਜੀ। ਉਹਨਾਂ ਨੇ ਕਿਹਾ ਸੀ ਵੀ ਇਹ ਵੀ ਲਾ ਕੇ ਵੇਖੋ ਇਹਦਾ ਝਾੜ ਚੰਗਾ ਆ। ਅੱਛਾ। ਇਹਦਾ ਝਾੜ ਕੀ ਲੱਗ ਰਿਹਾ ਤੁਹਾਨੂੰ, ਦੂਜੇ ਨਾਲੋਂ ਕੀ ਵੱਖਰਾ ਲੱਗ ਰਿਹਾ ਇਹਦੇ 'ਚ? ਇਹਦਾ ਵੇਖੋ ਇੱਕ ਤੇ ਸਿੱਟਾ ਦੂਜੇ ਨਾਲੋਂ ਕਾਫੀ ਵੱਡਾ ਆ। ਅੱਛਾ। ਸਾਈਜ਼ ਦਾਣੇ ਵੀ ਜ਼ਿਆਦਾ ਨੇ ਤੇ ਦਾਣਿਆਂ ਦਾ ਭਾਰ ਵੀ ਜਿਹੜਾ ਵਾ ਦੂਜੇ ਨਾਲੋਂ ਜ਼ਿਆਦਾ ਆ। ਹੋਰ ਕਿੰਨੇ ਕਿੰਨੇ ਕਣਕ ਲਾਈ ਤੁਸੀਂ? ਮੈਂ 20 ਕਿੱਲੇ ਲਾਈ ਆ ਜੀ, ਉਹਦੇ 'ਚ ਇਹ ਇਕੱਲਾ ਇੱਕ ਕਿੱਲਾ ਹੀ 411 ਜਿਹੜੀ ਲਾਈ ਆ ਆਪਾਂ। ਅੱਛਾ। ਤੇ ਇਹਦਾ ਮਤਲਬ ਦੂਜੇ ਨਾਲੋਂ ਰੰਗ ਵੀ ਫਰਕ ਆ, ਮਤਲਬ ਹਾਈਟ ਵੀ ਜਿਹੜੀ ਇੱਕੋ ਜਿਹੀ ਆ ਤੇ ਮਗੇ ਇੱਕ ਸਾਰ ਆ ਕਦ ਸਾਰ ਇੱਕ ਸਾਰ ਆ ਜੀ। ਹਾਂ। ਨਿਸਰਨ ਦੇ ਵਿੱਚ ਕੋਈ ਪਰੇਸ਼ਾਨੀ ਅੱਗੇ ਪਿੱਛੇ ਜਾਂ ਕੋਈ? ਨਹੀਂ ਨਹੀਂ, ਸਾਰੀ ਤੁਹਾਡੇ ਸਾਹਮਣੇ ਆ, ਸਾਰਾ ਇੱਕ ਸਾਰੀ ਨਿਸਰਨ ਲੱਗਦਾ ਵੀ ਬਹੁਤ ਵਧੀਆ ਵਾ। ਕੀ ਲੱਗਦਾ ਤੁਹਾਨੂੰ ਇਹਦੇ ਚ ਇਹਦੇ ਬਾਰੇ? ਵੇਖੋ ਜੀ, ਦੂਜੇ ਨਾਲੋਂ ਤੇ ਫਰਕ ਲੱਗਦਾ, ਦੂਜੀਆਂ ਕਣਕਾਂ ਨਾਲੋਂ ਰੰਗ ਦਾ ਫਰਕ ਆ, ਸਿੱਟੇ ਦਾ ਫਰਕ ਆ। ਜੇ ਇਹਦੇ ਸਿੱਟੇ ਦੇ ਦਾਣੇ ਵੀ ਦੂਜੇ ਨਾਲੋਂ 25-30 ਦਾਣੇ ਜਿਹੜੇ ਨੇ ਉਹ ਜ਼ਿਆਦਾ ਨੇ। ਅੱਛਾ, 25-30 ਦਾਣੇ ਜ਼ਿਆਦਾ। ਤੁਸੀਂ ਗਿਣਤੀ ਕੀਤੀ ਅੰਦਾਜ਼ਾ ਕਿੰਨੇ ਕੁ ਦਾਣੇ ਹੋਣਗੇ ਇਹਦੇ ਚ? 85 ਦਾਣੇ ਜੀ, 85 ਤੋਂ 90 ਦਾਣੇ ਨੇ ਇੱਕ ਸਿੱਟੇ 'ਚ। ਅੱਛਾ। ਹਾਂਜੀ ਹਾਂਜੀ। ਕੀ ਮਹਿਸੂਸ ਕਰਦੇ ਹੋ, ਕਾਫੀ ਝਾੜ 'ਚ ਫਰਕ ਆਊਗਾ? ਵੇਖੋ ਜੀ, ਮੇਰੇ ਹਿਸਾਬ ਨਾਲ ਤੇ ਕਾਫੀ ਫਰਕ ਹੋਣਾ ਚਾਹੀਦਾ ਵਾ। ਜੇ ਮਤਲਬ ਆਪਾਂ ਰਫਲੀ ਲਈਏ ਤੇ 26 ਤੋਂ 28 ਕੁਇੰਟਲ ਤੱਕ ਤੇ ਝਾੜ ਚਾਹੀਦਾ। ਚਲੋ, ਕਿਸ ਦਿਨ ਕਟਾਈ ਕਰ ਰਹੇ ਤੁਸੀਂ ਇਹਦੀ ਅੰਦਾਜ਼ਾ? ਇਹ ਜੀ ਅਗਲੇ ਹਫਤੇ ਬੁੱਧਵਾਰ ਤੱਕ। ਚਲੋ, ਜਦੋਂ ਕਟਾਈ ਕਰੋਗੇ ਜ਼ਰੂਰ ਦੱਸੋ ਝਾੜ ਕੀ ਆ। ਮਿਹਰਬਾਨੀ, ਧੰਨਵਾਦ, ਥੈਂਕ ਯੂ।